ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਅਜੀਤ ਵੈੱਬ ਟੀਵੀ। ਮੈਂ ਗੌਰਵ ਮੈਨੀ, ਪ੍ਰੋਗਰਾਮ ਬੁਲੰਦ ਹੌਸਲੇ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅਜੀਤ ਵੈੱਬ ਟੀਵੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਵਾਇਆ ਜਾਵੇ, ਔਰ ਉਹਨਾਂ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿੰਦੇ ਨੇ। ਅੱਜ ਵੀ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜੋ ਕਿ 1992 ਦੇ ਵਿੱਚ ਹੋਏ ਦਰਦਨਾਕ ਹਾਦਸੇ ਨੂੰ ਕਦੀ ਨਹੀਂ ਭੁੱਲ ਸਕਦਾ, ਔਰ ਜਿਸ ਨੂੰ 33 ਸਾਲਾਂ ਤੋਂ ਕੁਝ ਨਹੀਂ ਦਿਖ ਰਿਹਾ, ਔਰ ਉਸ ਵਿਅਕਤੀ ਨੇ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਸੰਗੀਤ ਦੇ ਲੇਖੇ ਲਾ ਦਿੱਤੀ ਹੈ। ਪੇਸ਼ ਹੈ ਖਾਸ ਰਿਪੋਰਟ। ਇਹ ਹਨ ਰਾਜੇਸ਼ ਸ਼ਰਮਾ, ਜੋ ਕਿ ਆਪਣੀ ਅੱਖਾਂ ਦੀ ਰੋਸ਼ਨੀ ਕਰੀਬ 33 ਸਾਲ ਪਹਿਲੇ ਇੱਕ ਦਰਦਨਾਕ ਹਾਦਸੇ ਵਿੱਚ ਗਵਾ ਚੁੱਕੇ ਨੇ। ਆਪਣੀ ਜ਼ਿੰਦਗੀ ਨੂੰ ਮੁੜ ਉਸ ਰਸਤੇ ਤੇ ਲਿਆਉਣਾ ਚਾਹੁੰਦੇ ਨੇ ਅਤੇ ਕੁਝ ਹੱਦ ਤੱਕ ਉਹ ਕਾਮਯਾਬ ਵੀ ਹੋ ਚੁੱਕੇ ਨੇ। ਜਦੋਂ ਸਾਡੀ ਅਜੀਤ ਵੈੱਬ ਟੀਵੀ ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਸਨ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਉਹ 22-23 ਸਾਲ ਦੇ ਸੀ ਤਾਂ ਉਸ ਸਮੇਂ ਇੱਕ ਹਾਦਸੇ ਵਿੱਚ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਆਪਣੇ ਪੈਰਾਂ 'ਤੇ ਆਪ ਖੜਾ ਹੋ ਸਕਾਂ ਅਤੇ ਅੱਜ ਮੈਨੂੰ ਆਪਣੇ ਆਪ 'ਤੇ ਮਾਣ ਹੈ ਕਿ ਪਿਛਲੇ ਕਾਫੀ ਸਾਲ ਤੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾ ਕਰ ਰਿਹਾ ਅਤੇ ਮੇਰੇ ਕਾਫੀ ਵਿਦਿਆਰਥੀ ਚੰਗੇ ਖੇਤਰ ਵਿੱਚ ਆਪਣਾ ਨਾਮ ਕਮਾ ਰਹੇ ਨੇ। ਜੁਲਾਈ 1992 ਦੇ ਵਿੱਚ ਜਿਹੜਾ ਕਿ ਪੰਜਾਬ ਦਾ ਬੜਾ ਇੱਕ ਮੈਂ ਕਹਿ ਸਕਦਾ ਬੁਰਾ ਵਕਤ ਸੀਗਾ, ਆਤੰਕਵਾਦ ਦਾ ਬੜਾ ਜ਼ੋਰ ਸੀ, ਉਸ ਦੌਰਾਨ ਬੰਬ ਬਲਾਸਟ ਦੇ ਵਿੱਚ ਮੇਰੀ ਆਈਸਾਈਟ ਗਈ ਹੈ ਜੀ। ਮੈਂ ਜੀ 2001 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਪਦ 'ਤੇ ਅਸੀਨ ਹਾਂ ਔਰ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਮੈਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਜੀ। ਉੱਥੋਂ ਤੱਕ ਸਟੂਡੈਂਟਸ ਔਰ ਸਿੰਗਰਸ ਦੀ ਗੱਲ ਹੈ ਕਿ ਬਹੁਤ ਅੱਛੇ ਪ੍ਰੋਡਕਟ ਯੂਨੀਵਰਸਿਟੀ ਵੱਲੋਂ ਨਿਕਲੇ ਨੇ, ਡਾਇਰੈਕਟ ਸਾਡੀ ਟੀਚਿੰਗ ਦੇ ਵਿੱਚ ਵੀ ਔਰ ਜਿਹੜੇ ਪਰਸਨਲ ਵੀ ਸਿੱਖਦੇ ਸਾਡੇ ਕੋਲ ਉਹਨਾਂ ਦੇ ਵਿੱਚੋਂ। ਜਿਸ ਤਰ੍ਹਾਂ ਕਿ ਇਸ ਵੇਲੇ ਰਣਜੀਤ ਬਾਵਾ ਹੈ, ਬਹੁਤ ਬੁਲੰਦੀਆਂ 'ਤੇ ਹੈ ਉਹ ਨੇ, ਫਿਰ ਉਹਦੇ ਨਾਲ ਹੀ ਵਰਿਆਮ ਸੰਧੂ ਹੈ ਔਰ ਉਸ ਤੋਂ ਇਲਾਵਾ ਗੁਰਦੇਵ ਸਿੰਘ ਰਾਗੀ ਹੈ ਘੁਮਾਨ ਪਿੰਡ ਤੋਂ ਨੇ, ਬੜੇ ਅੱਛੇ ਹੈ। ਮਿਊਜ਼ਿਕ ਡਾਇਰੈਕਟਰ ਹੈ ਮਨੀਸ਼, ਉਹ ਮੇਰੇ ਸਟੂਡੈਂਟ ਹੈ। ਬਹੁਤ ਸਾਰੇ ਸਟੂਡੈਂਟ ਐਸੇ ਸਾਡੇ ਯੂਨੀਵਰਸਿਟੀ ਨਿਕਲੇ। ਮੇਰਾ ਜਿਹੜਾ ਮੇਨ ਕੰਮ ਤਾਂ ਮਿਊਜ਼ਿਕ ਦਾ ਹੀ ਹੈ, ਹੋਰ ਮੈਂ ਐਜ਼ ਏ ਪ੍ਰੋਫੈਸ਼ਨ ਕਿਸੇ ਹੋਰ ਚੀਜ਼ ਨੂੰ ਅਡਾਪਟ ਨਹੀਂ ਕੀਤਾ। ਹਾਂ, ਪਰਸਨਲੀ ਮੈਂ ਕੁਝ ਸਾਲ ਪਹਿਲੇ ਮੈਂ ਹਰੇ ਰਾਮਾ ਹਰੇ ਕ੍ਰਿਸ਼ਨਾ ਸੰਸਥਾਨਾਂ, ਮੈਂ ਉੱਥੋਂ ਅਸੀਂ ਚੈਰੀਟੇਬਲ ਕੰਮ ਸ਼ੁਰੂ ਕੀਤਾ। ਉਹਦੇ ਵਿੱਚ ਮੈਂ ਸੰਡੇ ਦੇ ਸੰਡੇ, ਕਿਉਂਕਿ ਛੁੱਟੀ ਹੁੰਦੀ ਸੀ, ਅਤੇ ਅਸੀਂ ਕੁਛ ਕੁ ਬੱਚਿਆਂ ਨੂੰ ਲਿੱਤਾ, ਗਰੀਬ ਪਰਿਵਾਰ ਦੇ ਬੱਚੇ ਕਿ ਜਿਹੜੇ ਕਿ ਹੈਂਡ ਟੂ ਮਾਊਥ ਸੀ, ਅਸੀਂ ਉਹਨਾਂ ਨੂੰ ਐਜੂਕੇਸ਼ਨ ਫ੍ਰੀ ਦੇਣ ਦਾ ਇੱਕ ਟੀਚਾ ਬਣਾਇਆ ਔਰ ਸ਼ੁਰੂ ਕੀਤਾ। ਪਲੱਸ ਉਹਨਾਂ ਬੱਚਿਆਂ ਨੂੰ ਮੈਂ ਮਿਊਜ਼ਿਕ ਦਾ ਫ੍ਰੀ ਐਜੂਕੇਸ਼ਨ ਦੇਣੀ ਸ਼ੁਰੂ ਕੀਤੀ। ਕਾਫੀ ਦੇਰ ਅਸੀਂ ਉਹ ਮਤਲਬ ਬੱਚਿਆਂ ਦੀ ਫ੍ਰੀ ਸੰਗੀਤ ਦੀ ਸੇਵਾ ਕਰਦੇ ਰਹੇ। ਫੈਮਿਲੀ ਦਾ ਸਰ ਬਹੁਤ ਵੱਡਾ ਸਪੋਰਟ ਹੈ। ਉਸ ਵੇਲੇ ਮੇਰੇ ਪਰਿਵਾਰ, ਮੇਰੇ ਮਾਤਾ ਪਿਤਾ ਨੇ, ਮੇਰੇ ਗ੍ਰੈਂਡਫਾਦਰ, ਮੇਰੇ ਚਾਚਾ ਜੀ, ਚਾਚੀ ਜੀ, ਮੇਰੇ ਬ੍ਰਦਰ ਹਰੀਸ਼, ਮੇਰੀ ਸਿਸਟਰ ਰੀਮਾ ਔਰ ਮੇਰੇ ਕੁਛ ਦੋਸਤਾਂ ਨੇ ਉਹ ਰੋਲ ਅਦਾ ਕੀਤਾ ਕਿ ਜਿਹੜਾ ਕਿ ਮੈਂ ਜ਼ਿੰਦਗੀ 'ਚ ਭੁੱਲ ਨਹੀਂ ਸਕਦਾ। ਮੈਨੂੰ ਸਾਈਕੋਲੋਜੀਕਲੀ ਐਸਾ ਟ੍ਰੀਟ ਕੀਤਾ ਔਰ ਹਰ ਵੇਲੇ ਮੈਨੂੰ ਉਹਨਾਂ ਨੇ ਇਹੀ ਬੂਸਟਅਪ ਹੀ ਕੀਤਾ ਕਿ ਬੇਟੇ ਕੋਈ ਗੱਲ ਨਹੀਂ, ਕੋਈ ਤੇਰੇ ਨਾਲ ਕੋਈ ਕੁਝ ਜ਼ਿਆਦਾ ਵੱਡਾ ਨਹੀਂ ਹੋ ਗਿਆ। ਜ਼ਿੰਦਗੀ 'ਚ ਐਸੇ ਐਸੇ ਲੋਕ ਨੇ ਜਿਨ੍ਹਾਂ ਦੇ ਨਾਲ ਤਾਂ ਗੱਲ ਸੁਣਨ ਵਾਲਾ, ਉਹਨਾਂ ਦੇ ਨਾਲ ਹੀ ਕਦਮ ਚੱਲਣ ਵਾਲਾ ਕੋਈ ਨਹੀਂ, ਅਤੇ ਅਸੀਂ ਤੇਰੇ ਨਾਲ ਹਾਂ, ਸਾਡੀ ਹਰ ਪ੍ਰਕਾਰ ਦੀ ਸਪੋਰਟ ਆ। ਬਸ ਇੱਕ ਤੂੰ ਸੰਕਲਪ ਕਰ, ਕੋਸ਼ਿਸ਼ ਕਰ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਹੈ। ਬਸ ਉਹ ਸਮਝੋ ਕਿ ਛੋਟੀ ਉਮਰ ਦਾ ਇੱਕ ਵੀ ਫਾਇਦਾ ਹੋ ਗਿਆ ਕਿ ਮਨ ਦੇ ਵਿੱਚ ਉਸ ਚੀਜ਼ ਨੂੰ ਇੱਕ ਬੀਜ ਦੇ ਰੂਪ 'ਚ ਪਨਪ ਗਿਆ। ਮਾਤਾ ਪਿਤਾ ਨੇ ਉਹਨੂੰ ਪੌਦੇ ਨੂੰ ਪਾਣੀ ਦਿੱਤਾ ਔਰ ਅੱਜ ਇੱਕ ਮੈਨੂੰ ਲੱਗਦਾ ਸ਼ਾਇਦ ਇੱਕ ਵਿਕਸ ਦੇ ਰੂਪ 'ਚ ਤੁਹਾਡੇ ਸਾਹਮਣੇ ਆ। ਸਾਰਾ ਕ੍ਰੈਡਿਟ ਪਰਿਵਾਰ ਦੀ ਸਪੋਰਟ ਦਾ। ਰਾਜੇਸ਼ ਸ਼ਰਮਾ ਨੂੰ ਕਾਫੀ ਪੁਰਸਕਾਰ ਨਾਲ ਨਿਵਾਜ਼ਿਆ ਜਾ ਚੁੱਕਾ ਹੈ, ਜਿਸ ਤਰ੍ਹਾਂ ਕਿ ਬੈਸਟ ਟੀਚਰ, ਸਵਾਮੀ ਵਿਵੇਕਾਨੰਦ ਜੀ ਅਤੇ ਹੋਰ ਵੀ ਕਾਫੀ ਪੁਰਸਕਾਰ ਉਹਨਾਂ ਨੂੰ ਮਿਲ ਚੁੱਕੇ ਨੇ। ਉਹਨਾਂ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਮੁਫਤ ਸੰਗੀਤ ਸਕੂਲ ਖੋਲ੍ਹਣ ਤਾਂ ਜੋ ਉਹਨਾਂ ਵਰਗੇ ਜਿਹੜੇ ਬੱਚੇ ਦੇਖ ਨਹੀਂ ਸਕਦੇ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਜ਼ਿੰਦਗੀ 'ਚ ਉਹ ਅੱਗੇ ਵੱਧ ਸਕਣ ਅਤੇ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋ ਸਕਣ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਮੈਨੂੰ ਸਭ ਤੋਂ ਪਹਿਲੇ ਅਵਾਰਡ ਮਿਲਿਆ 2012 ਦੇ ਵਿੱਚ
उन्होंने डीसी साहब ने दिता बेस्ट टीचर अवार्ड मिलिया। उस तो बाद स्वामी विवेकानंद एक्सीलेंसी अवार्ड डिस्ट्रिक्ट लैवल पर मैनू मिलया जी। थर्ड अवार्ड मैनू मोगा वालों मिलया, वो सीगा अवार्ड ऑफ इंस्पीरेशन। और फोर्थ अवार्ड मैनू इंटरनेशनल डे ऑफ डिसेबिलिटी ते रेड क्रॉस सोसाइटी जलंधर वालों पहल वालों दिता गया, वो सीगा स्ट्रोंगर दैन एडवर्सिटी अवार्ड होनी तो पलवान। और फिफ्थ अवार्ड अज तक का जो मेरी लाइफ का सब तो वड्डा अवार्ड है अज तक का, वह है जी स्टेट अवार्ड, वो मैनू मिल चुका जी। डिसेबल लोगों को मैं मैसेज देना चाहना कि मोस्टली मैं देखिया कई लोग सोचते ने कि प्रॉब्लम हो गई तो रब न कोसना शुरू कर देंगे, किस्मत को कोसना शुरू कर देंगे। विषय में सोचते हुए कोई नवी संभावनावान पैदा करना चाहिए। हर एक इंसान उलझे है, कोई हैंडीकैप की अज नॉर्मल इंसान भी मुसीबत उलझे है, लेकिन मुश्किलों का सामना करना ही जिंदगी है। थोड़ी प्रॉब्लम्स आती हैं लेकिन वो तो जो अच्छे सपोर्टर दोस्त परिवार वाले मिल जाए तो तुम सब कुछ ओवरकम कर सकते हो। एक लाइन मैं तकरीबन कई बार इंटरव्यू से कही है और वो कहना चाहूँगा कि भी हिम्मत कर इंसान तू जो चाहे कर सकता है, हिम्मत कर इंसान तू जो चाहे कर सकता है, खाली होए खजाने नू चाहे तो फिर भर सकता है। जिस वे मेरे नाल ट्रेजडी हुई और मैं अपने आप रीहैबिलिएट किया, प्लस वन तो बाद मैं दोबारा सारी एजुकेशन अपने आफ्टर विजुअली हैंडीकैपनेस के दौरान लिती। और जो तो गवर्नमेंट को डिमांड की गई ना कि भी मैं कुछ कंपनसेट किया जाए तो दुख भी होंगे कि साढ़े रूल्स कैसे ने। गवर्नमेंट वालों कहा गया जी कि साढ़े कोई ऐसा प्रोविजन नहीं है कि तुहानू असी कोई सर्विस प्रोवाइड करिए, क्योंकि साढ़े कोल तो वो प्रोविजन है कि जेरे परिवार का जी मर गया है आतंकवाद के दौरान या किसी ट्रैजडी दौरान उन्होंने असी नौकरी दे सकते। यू आर द सैल्फ विक्टम। तो बड़ा दुख होया कि यह गल तुहाडे लई और समाज लई एक गौरव की गल है कि एक इंसान टुट गया वो फिर दोबारा उन्हें जतन किया, खड़ा होया तो समाज के एक प्रबुद्ध समाज के वर्ग के बराबर खड़ा हो गया। असी उन्हें हैल्प करना साडा फर्ज बनता कि नहीं बनता कि असी उन्हें नियमों के दायरे च लिया कि साढ़े तो नियम नहीं है। बाकी रिक्वेस्ट है कि गवर्नमेंट नूं चाहीदा कि जिहड़ी लोगों नाल ऐसी प्रॉब्लम्स हुई हैं उन्हां दे बारे कुछ ठीक रस्ते जरूर निकालन ताकि वह अपने जीवन नूं ठीक तरीके नाल चला सकन। मेरे लाइफ दा टारगेट जरूर है कि ऐसा एक वक्त आवे या मेरे को फाइनैंशियल परसनल इन्नी ग्रोथ मेरी होवे, मैं ऐसा कोई इंस्टीट्यूशन चाहना जिथे कि स्पैशली जिहड़े किसी भी तरह के कोई डिसेबल या स्पैशल चाइल्ड ने उन्हां लई सेवा कर सकीए, म्यूजिक एजुकेशन दी जा सके। जे विजुअली हैंडीकैप है तो उन्होंने जो अज समाज की एक जरूरत बन गई इंफॉर्मेशन टेक्नोलॉजी, क्योंकि अज विजुअल हैंडीकैप टीचर्स भी ने ऐसे कि जेडे कि साड़ी नवी एड्स ने इंफॉर्मेशन टेक्नोलॉजीज अडॉप्ट कर रहे, कंप्यूटर ने जॉज ने ऐसी चीज़ा वो बच्चों को सिखाई जा सकन। प्रोग्राम बुलंद हौसले के तहत यह साड़ी खास पेशकश, उम्मीद है तुहानू पसंद आई होगी। अगली बार एक नवी शख्सियत नाल तुहानू रूबरू करवावांगे ते हुण सानू आग्या दिओ। धन्यवाद।